ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਦੇ ਚੋਣ ਲੜਨ ਨੂੰ ਲੈ ਕੇ ਲਗਾਤਾਰ ਚਰਚਾਵਾਂ ਚੱਲ ਰਹੀਆਂ ਸੀ। ਹਾਲਾਂਕਿ ਹੁਣ ਉਹਨਾਂ ਦੇ ਪਿਤਾ ਨੇ ਇਹਨਾਂ ਚਰਚਾਵਾਂ ਤੇ ਵਿਰਾਮ ਵੀ ਲਗਾ ਦਿੱਤਾ ਹੈ। ਕੰਗਣਾ ਦੇ ਪਿਤਾ ਨੇ ਸਵੀਕਾਰ ਕਰ ਲਿਆ ਹੈ ਕਿ ਉਹ ਲੋਕ ਸਭਾ ਚੋਣਾਂ ਲੜ ਸਕਦੀ ਹੈ। ਹਾਲਾਂਕਿ ਪਿਤਾ ਨੇ ਕਿਹਾ ਕਿ ਭਾਜਪਾ ਤੈਅ ਕਰੇਗੀ ਕਿ ਬੇਟੀ ਕੰਗਣਾ ਕਿੱਥੋਂ ਚੋਣ ਲੜੇਗੀ। ਐਕਟ੍ਰੈਸ ਕੰਗਣਾ ਰਣੌਤ ਦੇ ਪਿਤਾ ਅਮਰਦੀਪ ਨੇ ਸਪਸ਼ਟ ਕੀਤਾ ਹੈ ਕਿ ਕੰਗਣਾ ਭਾਜਪਾ ਦੀ ਟਿਕਟ ਤੋਂ ਹੀ ਚੋਣ ਲੜ ਸਕਦੀ ਹੈ, ਪਰ ਪਾਰਟੀ ਲੀਡਰਸ਼ਿਪ ਨੇ ਫੈਸਲਾ ਕਰਨਾ ਹੈ ਕਿ ਉਹ ਕਿੱਥੋਂ ਚੋਣ ਲੜੇਗੀ। ਵੱਡੀ ਗੱਲ ਇਹ ਹੈ ਕਿ ਕੰਗਣਾ ਨੇ ਦੋ ਦਿਨ ਪਹਿਲਾਂ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਦੇ ਨਾਲ ਕੁੱਲੂ ਸਥਿਤ ਉਹਨਾਂ ਦੇ ਘਰ ਦੇ ਵਿੱਚ ਮੁਲਾਕਾਤ ਵੀ ਕੀਤੀ ਸੀ। ਮੀਟਿੰਗ ਤੋਂ ਬਾਅਦ ਉਹਨਾਂ ਦੇ ਚੋਣ ਲੜਨ ਦੀਆਂ ਚਰਚਾਵਾਂ ਨੇ ਹੋਰ ਜ਼ੋਰ ਫੜ ਲਿਆ ਸੀ, ਪਰ ਹੁਣ ਉਸਦੇ ਪਿਤਾ ਨੇ ਸਾਫ਼ ਕਰ ਦਿੱਤਾ ਹੈ ਕਿ ਕੰਗਣਾ ਚੋਣ ਲੜੇਗੀ। ਜੀ ਹਾਂ, ਅਦਾਕਾਰਾ ਕੰਗਣਾ ਰਣੌਤ ਲੋਕ ਸਭਾ ਚੋਣਾਂ ਲੜੇਗੀ। ਪਿਤਾ ਅਮਰਦੀਪ ਦਾ ਕਹਿਣਾ ਹੈ ਕਿ ਜੇਕਰ ਭਾਜਪਾ ਉਹਨਾਂ ਦੀ ਧੀ ਨੂੰ ਟਿਕਟ ਦਿੰਦੀ ਹੈ ਤਾਂ ਉਹ ਚੋਣ ਲੜਨ ਦੇ ਲਈ ਤਿਆਰ ਹੈ। ਭਾਜਪਾ ਉਸਨੂੰ ਹਿਮਾਚਲ, ਮਹਾਰਾਸ਼ਟਰ ਜਾਂ ਉੱਤਰ ਪ੍ਰਦੇਸ਼ ਤੋਂ ਚੋਣ ਮੈਦਾਨ 'ਚ ਉਤਾਰ ਸਕਦੀ ਹੈ। ਪਾਰਟੀ ਜੇਕਰ ਉਸਨੂੰ ਹਿਮਾਚਲ ਤੋਂ ਚੋਣ ਲੜਾਉਣ ਦਾ ਫੈਸਲਾ ਕਰਦੀ ਹੈ ਤਾਂ ਮੰਡੀ ਸੰਸਦੀ ਖੇਤਰ ਉਸਦੀ ਕਰਮ ਭੂਮੀ ਹੋਵੇਗੀ। ਕੰਗਣਾ ਇਸੇ ਸੰਸਦੀ ਖੇਤਰ ਦੀ ਰਹਿਣ ਵਾਲੀ ਹੈ। ਭਾਜਪਾ ਦੇ ਰਾਸ਼ਟਰ ਪ੍ਰਧਾਨ ਜੇਪੀ ਨੱਡਾ ਨਾਲ ਐਤਵਾਰ ਨੂੰ ਕੁੱਲੂ 'ਚ ਮੁਲਾਕਾਤ ਤੋਂ ਬਾਅਦ ਕੰਗਣਾ ਦੇ ਚੋਣ ਲੜਨ ਦੀਆਂ ਚਰਚਾਵਾਂ ਨਾਲ ਰਾਜਨੀਤਿਕ ਪਾਰਾ ਮੋੜ ਬਦਲਣ ਲੱਗਾ। ਪਿਛਲੇ ਹਫ਼ਤੇ ਦੀ ਗੱਲ ਕਰੀਏ, ਪਿਛਲੇ ਹਫ਼ਤੇ ਹਿਮਾਚਲ ਦੇ ਬਿਲਾਸਪੁਰ ਦੇ ਵਿੱਚ ਰਾਸ਼ਟਰੀ ਸਵੈਮ ਸੇਵਕ ਸੰਘ ਵੱਲੋਂ ਇੱਕ ਸਮਾਜਿਕ ਮਿਲਣੀ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ। ਕੰਗਣਾ ਨੇ ਵੀ ਇਸ ਵਿੱਚ ਹਿੱਸਾ ਲਿਆ ਸੀ ਅਤੇ ਕਿਹਾ ਸੀ ਕਿ ਉਹ RSS ਦੀ ਵਿਚਾਰਧਾਰਾ ਅਤੇ ਉਸਦੀ ਵਿਚਾਰਧਾਰਾ ਨਾਲ ਮੇਲ ਖਾਂਦੀ ਹੈ। ਤੁਹਾਨੂੰ ਦੱਸ ਦਈਏ ਕਿ ਕੰਗਣਾ ਦੇ ਮੰਡੀ ਲੋਕ ਸਭਾ ਸੀਟ ਜਾਂ ਚੰਡੀਗੜ੍ਹ ਤੋਂ ਚੋਣ ਲੜਨ ਦੀਆਂ ਵੀ ਚਰਚਾਵਾਂ ਛਿੜ ਗਈਆਂ। ਉਸਦੇ ਪਿਤਾ ਦੇ ਬਿਆਨ ਨਾਲ ਚੋਣ ਲੜਨ ਦੀ ਚਰਚਾ ਦੀ ਪੁਸ਼ਟੀ ਹੁੰਦੀ ਦਿਖ ਰਹੀ ਹੈ। ਕੁਝ ਮਹੀਨਿਆਂ 'ਚ ਕੰਗਣਾ ਦੀ ਜੇਪੀ ਨੱਡਾ ਨਾਲ ਇਹ ਤੀਜੀ ਮੁਲਾਕਾਤ ਸੀ। ਜੇਪੀ ਨੱਡਾ ਵੀ ਭਾਜਪਾ ਦੇ ਹੋਰ ਨੇਤਾਵਾਂ ਦੇ ਨਾਲ ਕੰਗਣਾ ਦੀ ਮਨਾਲੀ ਸਥਿਤ ਘਰ ਤੇ ਨਾਸ਼ਤਾ ਕਰ ਚੁੱਕੇ ਨੇ। ਕੰਗਣਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਸਮੇਤ ਕਈ ਹੋਰ ਨੇਤਾਵਾਂ ਦੇ ਨਾਲ ਮੁਲਾਕਾਤ ਕਰ ਚੁੱਕੇ ਹੈ। ਦੱਸ ਦਈਏ ਕਿ ਜਦੋਂ ਸ਼ਿਵ ਸੈਨਿਕਾਂ ਨੇ ਕੰਗਣਾ ਰਣੌਤ ਦੇ ਮੁੰਬਈ ਆਉਣ ਦੇ ਵਿਰੋਧ ਕਰਨ ਦੀ ਚੁਣੌਤੀ ਦਿੱਤੀ ਸੀ ਤਾਂ ਕੇਂਦਰ ਸਰਕਾਰ ਨੇ ਕੰਗਣਾ ਨੂੰ Y+ ਕੈਟਾਗਰੀ ਦੀ ਸੁਰੱਖਿਆ ਉਪਲਬਧ ਕਰਵਾ ਕੇ ਉਸਦਾ ਮਨੋਬਲ ਵਧਾਉਣ ਦਾ ਕੰਮ ਕੀਤਾ ਸੀ। ਇਸ ਤੋਂ ਬਾਅਦ ਕੰਗਣਾ ਦੀ ਭਾਜਪਾ ਦੀ ਅਗਵਾਈ ਨਾਲ ਨਜ਼ਦੀਕੀਆਂ ਵਧੀਆਂ ਸਨ। ਰਾਮ ਮੰਦਰ ਦੀ ਗੱਲ ਕਰ ਲਈ ਜਾਂ ਧਾਰਾ 370 ਤੇ ਜਾਂ ਫਿਰ ਕਿਸਾਨ ਅੰਦੋਲਨ ਦੀ, ਉਹ ਸਰਕਾਰ ਦੇ ਨਾਲ ਖੜੀ ਨਜ਼ਰ ਆਈ ਸੀ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।